ਸਾਬਕਾ ਮੰਤਰੀ ਅਤੇ ਟਕਸਾਲੀ ਲੀਡਰ ਸੇਵਾ ਸਿੰਘ ਸੇਖਵਾ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਅਹੁਦੇਦਾਰੀ ਤੋਂ ਅਸਤੀਫਾ ਦੇ ਦਿੱਤਾ। ਖਾਸ ਗੱਲ ਇਹ ਹੈ ਕਿ ਅਸਤੀਫੇ ਨੂੰ ਬਿਮਾਰੀ ਜਾਂ ਖਰਾਬ ਸਿਹਤ ਕਰਕੇ ਨਹੀਂ ਬਲਕਿ ਪਾਰਟੀ ਦੇ ਨੌਜਵਾਨ ਲੀਡਰਾਂ ਕਰਕੇ ਦਿੱਤਾ ਦੱਸਿਆ ਜਾ ਰਿਹਾ। ਜੇਕਰ ਪਾਰਟੀ ਦਾ ਪ੍ਰਧਾਨ ਹੀ ਨਾ ਚਾਹੁੰਦਾ ਹੋਵੇ ਕਿ ਕੋਈ ਦੂਸਰਾ ਪਾਰਟੀ ਵਿੱਚ ਕੰਮ ਕਰੇ ਤੇ ਫਿਰ ਉਹ ਉਸ ਪਾਰਟੀ ਵਿੱਚ ਕਿਵੇਂ ਕੰਮ ਕਰ ਸਕਦਾ। ਸੌਦੇ ਸਾਹਿਬ ਤੋਂ ਇਲੈਕਸ਼ਨ ਵਿੱਚ ਮਦਦ ਲੈਣੀ, ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸਿੰਘਾਂ 'ਤੇ ਅਕਾਲੀ ਸਰਕਾਰ ਵੱਲੋਂ ਗੋਲੀਆਂ ਚਲਾਉਣੀਆਂ, ਡਾਂਗਾਂ ਚਲਾਉਣੀਆਂ। ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣੇ ਨੇ ਅਤੇ ਜਿਸ ਅਵਸਥਾ ਵਿੱਚ ਹੁਣ ਅਕਾਲੀ ਦਲ ਅਤੇ ਖਾਲਸਾ ਪੰਥ ਚਲਿਆ ਗਿਆ, ਉਹਨਾਂ ਦੇ ਪ੍ਰੋਟੈਸਟ ਵਜੋਂ ਮੈਂ ਇਹ ਅਸਤੀਫੇ ਦੇ ਰਿਹਾ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਾਜਕੀਕਰਨ ਹੋਇਆ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣਾ ਰਾਜ ਭਾਗ ਬਣਾਉਣ ਵਾਸਤੇ ਸਾਰੇ ਅਸੂਲ ਅਤੇ ਸਿਧਾਂਤ ਜਿਹੜੇ ਆ ਸ਼ਿੱਕੇ 'ਤੇ ਟੰਗ ਦਿੱਤੇ। ਸੇਖਵਾਂ ਨੇ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਡਾਕਟਰ ਰਤਨ ਸਿੰਘ ਅਜਨਾਲਾ ਨਾਲ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਬਾਦਲ ਪਰਿਵਾਰ ਵਿਰੁੱਧ ਜੰਮ ਕੇ ਭੜਾਸ ਵੀ ਕੱਢੀ। ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਬਿਕਰਮ ਮਜੀਠੀਆ ਜ਼ਿਲ੍ਹੇ ਗੁਰਦਾਸਪੁਰ ਵਿੱਚ ਅਤੇ ਮੇਰੇ ਹਲਕੇ ਕਾਦੀਆਂ 'ਚ ਜਿਹੜੇ ਛੋਟੇ ਛੋਟੇ ਵਰਕਰ ਨੇ ਉਹਨਾਂ ਕੋਲੋਂ ਇਹ ਮੰਗ ਕਰਵਾ ਰਹੇ ਸੀ ਕਿ ਇਹਦਾ ਅਸਤੀਫਾ ਲਿਆ ਜਾਵੇ, ਇਹਨੂੰ ਪਾਰਟੀ 'ਚੋਂ ਕੱਢਿਆ ਜਾਵੇ ਅਤੇ ਮੇਰੇ ਕੋਲ ਜਿਹੜੇ ਦੋ ਅਹੁਦੇ ਨੇ ਉਹਨਾਂ ਦੀਆਂ ਪਿਛਲੇ ਦਿਨਾਂ ਵਿੱਚ ਮੀਟਿੰਗਾਂ ਵੀ ਹੋਈਆਂ ਲੇਕਿਨ ਮੈਨੂੰ ਉਹਨਾਂ ਮੀਟਿੰਗਾਂ ਵਿੱਚ ਬਿਲਕੁਲ ਬੁਲਾਇਆ ਨਹੀਂ ਗਿਆ। ਜੇਕਰ ਪਾਰਟੀ ਦਾ ਪ੍ਰਧਾਨ ਹੀ ਨਾ ਚਾਹੁੰਦਾ ਹੋਵੇ ਕਿ ਕੋਈ ਦੂਸਰਾ ਪਾਰਟੀ ਵਿੱਚ ਕੰਮ ਕਰੇ ਤਾਂ ਫਿਰ ਉਹ ਉਸ ਪਾਰਟੀ ਵਿੱਚ ਕਿਵੇਂ ਕੰਮ ਕਰ ਸਕਦਾ। ਜੋ ਕੁਝ ਪਿਛਲੇ ਸਮੇਂ 'ਚ ਹੋਇਆ ਸੌਦੇ ਸਾਧ ਨੂੰ ਮਾਫ਼ੀ ਦੇਣੀ, ਵਾਪਸ ਲੈਣੀ, ਬਰਗਾੜੀ ਦਾ ਕਾਂਡ, ਸੌਦੇ ਸਾਧ ਤੋਂ ਇਲੈਕਸ਼ਨ ਵਿੱਚ ਮਦਦ ਲੈਣੀ, ਗੁਰੂ ਮਹਾਰਾਜ ਦੀ ਬੇਅਦਬੀ ਹੋਣੀ ਅਤੇ ਜਿਸ ਢੰਗ ਨਾਲ ਪੋਰਮਨ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸਿੰਘਾਂ 'ਤੇ ਅਕਾਲੀ ਸਰਕਾਰ ਵੱਲੋਂ ਗੋਲੀਆਂ ਚਲਾਉਣੀਆਂ, ਡਾਂਗਾਂ ਚਲਾਉਣੀਆਂ, ਸੈਂਕੜੇ ਜ਼ਖਮੀ ਕਰਨੇ ਅਤੇ ਦੋ ਸਿੰਘ ਸ਼ਹੀਦ ਕਰ ਦੇਣੇ, ਫਿਰ ਅਕਾਲੀ ਸਰਕਾਰ ਵੇਲੇ ਇਹਨਾਂ ਸਾਰੇ ਦੋਖੀਆਂ 'ਤੇ ਕੋਈ ਕਾਰਵਾਈ ਨਾ ਹੋਣੀ, ਇਹਨਾਂ ਸਾਰੀਆਂ ਗੱਲਾਂ ਕਰਕੇ ਅੱਜ ਮੈਂ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਤੇ ਕੋਰ ਕਮੇਟੀ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ। ਲੇਕਿਨ ਸ਼੍ਰੋਮਣੀ ਅਕਾਲੀ ਦਲ ਵਿੱਚ ਬਤੌਰ ਸਿਪਾਹੀ ਬਣਿਆ ਰਹਾਂਗਾ ਕਿਉਂਕਿ ਇਹ ਪਾਰਟੀ ਸਾਡੀ ਆਪਣੀ ਪਾਰਟੀ ਆ, ਉਹ ਪਾਰਟੀ ਆ ਜਿਹਦੇ ਵਿੱਚ ਸਾਡੇ ਬਜ਼ੁਰਗਾਂ ਨੇ ਆਪਣਾ ਖੂਨ ਪਸੀਨਾ ਪਾਇਆ ਹੋਇਆ ਹੈ। ਫੇਸਬੁੱਕ 'ਤੇ ਮੈਂ ਵੀ ਉਸ ਦਿਨ ਇਸ ਅਕਾਲੀ ਦਲ ਵਿੱਚ ਜੁਆਇਨ ਕੀਤਾ ਸੀ 1990 ਵਿੱਚ, ਜਦੋਂ ਕੋਈ ਅਕਾਲੀ ਅਖਵਾਉਣ ਨੂੰ ਤਿਆਰ ਨਹੀਂ ਸੀ ਅਤੇ ਅਕਾਲੀਆਂ ਨੂੰ ਗੋਲੀਆਂ ਵੱਜਦੀਆਂ ਸਨ, ਲੇਕਿਨ ਮੈਂ ਪੰਥ ਦਾ ਹੁਕਮ ਮੰਨ ਕੇ ਅਕਾਲੀ ਦਲ ਵਿੱਚ ਆਇਆ ਸਾਂ। ਜਿੰਨੀ ਫੁਰਸਤ ਸੀ ਪਰਿਵਾਰ ਸਮੇਤ, ਸਾਥੀਆਂ ਸਮੇਤ ਸੇਵਾ ਕੀਤੀ ਹੈ, ਪਾਰਟੀ ਨੇ ਵੀ ਬੜਾ ਮਾਨ ਸਨਮਾਨ ਦਿੱਤਾ। ਲੇਕਿਨ ਜਿਸ ਢੰਗ ਨਾਲ 5-6 ਸਾਲ ਤੋਂ ਜਦੋਂ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣੇ ਨੇ ਅਤੇ ਜਿਸ ਅਵਸਥਾ ਵਿੱਚ ਹੁਣ ਅਕਾਲੀ ਦਲ ਅਤੇ ਖਾਲਸਾ ਪੰਥ ਚਲਿਆ ਗਿਆ, ਉਹਦੀਆਂ ਸੰਸਥਾਵਾਂ ਚਲੀਆਂ ਗਈਆਂ ਨੇ, ਉਹਨਾਂ ਦੇ ਪ੍ਰੋਟੈਸਟ ਵਜੋਂ ਮੈਂ ਇਹ ਅਸਤੀਫੇ ਦੇ ਰਿਹਾ ਹਾਂ। ਅਕਾਲੀ ਦਲ ਵਿੱਚ ਸਾਂ ਹਾਂ ਅਤੇ ਆਉਣ ਵਾਲੇ ਸਮੇਂ 'ਚ ਰਵਾਂਗਾ। ਇਹ ਸਾਡੀ ਮੰਗ ਜਿਹੜੀ ਆ ਮੁੱਖ ਤੌਰ 'ਤੇ ਉਹ ਇਹ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਜਿਹੜੇ ਇਹ ਜੋ ਹਾਲਾਤ ਬਣੇ ਨੇ ਇਹਨਾਂ ਵਾਸਤੇ ਜ਼ਿੰਮੇਵਾਰ ਨੇ, ਉਹ ਸਟੈਪ ਡਾਊਨ ਹੋਣ, ਉਹ ਇਸ ਅਗਵਾਈ ਤੋਂ ਲਾਂਭੇ ਹੋਣ ਅਤੇ ਕਿਸੇ ਯੋਗ ਵਿਅਕਤੀ ਨੂੰ ਇਹ ਅਗਵਾਈ ਦੇਣ ਜਿਹੜਾ ਖਾਲਸਾ ਪੰਥ ਦਾ ਏਜੰਡਾ ਧਾਰਨ ਕਰ ਸਕੇ ਅਤੇ ਉਹਨੂੰ ਲਾਗੂ ਕਰਨ ਦੀ ਸਮਰੱਥਾ ਰੱਖਦਾ ਹੋਵੇ। ਇਸ ਕਰਕੇ ਸਾਡੀ ਇਹ ਜਿਹੜੀ ਮੰਗ ਆ, ਇਹ ਜਿੰਨਾ ਚਿਰ ਮੰਗੀ ਨਹੀਂ ਜਾਂਦੀ, ਮੰਨੀ ਨਹੀਂ ਜਾਂਦੀ, ਉਹਨਾਂ ਚਿਰ ਅਸੀਂ ਇਹ ਸੰਘਰਸ਼ ਜਿਹੜਾ ਜਾਰੀ ਰੱਖਾਂਗੇ। ਮੌਜੂਦਾ ਪ੍ਰਧਾਨ ਜਿਹੜਾ ਉਹ ਇਹ ਏਜੰਡਾ ਉਹ ਧਾਰਨ ਕਰਨ ਵਿੱਚ ਵੀ ਫੇਲ ਹੋਇਆ ਅਤੇ ਉਹਨੂੰ ਲਾਗੂ ਕਰਨ ਵਿੱਚ ਵੀ ਫੇਲ ਹੋਇਆ ਅਤੇ ਅੱਜ ਇਹੀ ਕਾਰਨ ਆ ਕਿ ਜੋ
ਅਸ਼ਰ ਸ਼੍ਰੋਮਣੀ ਅਕਾਲੀ ਦਲ ਦਾ 2017 ਚ ਅਸੈਂਬਲੀ ਇਲੈਕਸ਼ਨ ਚ ਹੋਇਆ। ਉਹ ਪਾਰਟੀ ਜਿਹਨੇ 15-20 ਸਾਲ ਰਾਜ ਕੀਤਾ ਹੋਵੇ ਤੇ ਪਿਛਲੇ 10 ਸਾਲ ਲਗਾਤਾਰ ਰਾਜ ਕੀਤਾ ਹੋਵੇ, ਪੰਜਾਬ ਦੀ ਡਿਵੈਲਪਮੈਂਟ ਵਿੱਚ ਵੀ ਕੋਈ ਕਸਰ ਬਾਕੀ ਨਾ ਛੱਡੀ ਹੋਵੇ ਤੇ ਉਹ ਤੀਸਰੇ ਨੰਬਰ ਤੇ ਆਵੇ ਤੇ ਕੇਵਲ 15 ਸੀਟਾਂ ਰਹਿ ਜਾਣ, ਇਹ ਇਸ ਗੱਲ ਦੀ ਗਵਾਹੀ ਆ ਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਕੀ ਸਥਿਤੀ ਹੈ। ਜਿਸ ਢੰਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਾਜਕੀਕਰਨ ਹੋਇਆ ਆ, ਰਾਜਨੀਤੀ ਉੱਥੇ ਭਾਰੀ ਭਾਰੂ ਹੋਈ ਆ, ਉਹਨੂੰ ਵੀ ਸਾਰਾ ਜੱਗ ਜਾਣਦਾ ਆ। ਅਤੇ ਜੋ ਹਸ਼ਰ ਮਾਣ ਮਰਿਆਦਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਹੋਇਆ ਉਹਦੇ ਤੋਂ ਵੀ ਕੋਈ ਅਣਜਾਣ ਨਹੀਂ, ਕੋਈ ਭੈ ਡਰ ਕਿਸੇ ਨੂੰ ਰਹਿ ਨਹੀਂ ਗਿਆ। ਅਤੇ ਉਹ ਕੰਮ ਸ਼੍ਰੋਮਣੀ ਆਪਣੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਦੁਆਰਾ ਹੋਏ ਨੇ, ਜਿਨ੍ਹਾਂ ਕੰਮਾਂ ਦੀ ਵਜ੍ਹਾ ਕਰਕੇ ਉਸ ਜਿਹੜੀ ਚੇਅਰ ਆ ਸੀਟ ਨੂੰ ਵੀ ਬੜਾ ਵੱਡਾ ਧੱਕਾ ਲੱਗਾ ਅਤੇ ਉਸ ਰੁਤਬੇ ਨੂੰ ਵੀ ਬਹੁਤ ਵੱਡਾ ਧੱਕਾ ਲੱਗਾ ਹੈ। ਸੋ ਮੈਂ ਇਹ ਬੇਨਤੀ ਕਰਨੀ ਚਾਹਾਂਗਾ ਕਿ ਇਹ ਸਾਰੀਆਂ ਗੱਲਾਂ ਪਹਿਲਾਂ ਹੋਈਆਂ ਅਤੇ ਉਸ ਤੋਂ ਬਾਅਦ 2017 ਦੀ ਇਲੈਕਸ਼ਨ ਤੋਂ ਪਹਿਲਾਂ ਜਿਸ ਢੰਗ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮੁੰਬਈ ਵਿਖੇ ਸੌਦੇ ਸਾਹ ਨਾਲ ਮੀਟਿੰਗ ਕੀਤੀ, ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਹੋਇਆ ਹੋਵੇ ਕਿ ਸੌਦੇ ਸਾਹ ਦੇ ਨਾਲ ਕਿਸੇ ਨੇ ਰਾਜਨੀਤਿਕ ਜਾਂ ਧਾਰਮਿਕ ਜਾਂ ਸਮਾਜਿਕ ਸਾਂਝ ਨਹੀਂ ਰੱਖਣੀ। ਅਤੇ ਅਕਾਲੀ ਦਲ ਦਾ ਪ੍ਰਧਾਨ ਏਡੀ ਵੱਡੀ ਜ਼ਿੰਮੇਵਾਰੀ ਦੇਣ ਵਾਲੀ ਪੋਸਟ 'ਤੇ ਹੋਵੇ ਅਤੇ ਉਹਨਾਂ ਨਾਲ ਮੀਟਿੰਗਾਂ ਕਰੇ, ਇਹਦੇ ਨਾਲੋਂ ਦੁੱਖਦਾਈ ਗੱਲ ਕੋਈ ਹੋਰ ਹੋ ਨਹੀਂ ਸਕਦੀ। ਮੈਂ ਸਮਝਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣਾ ਰਾਜ ਭਾਗ ਬਣਾਉਣ ਵਾਸਤੇ ਸਾਰੇ ਅਸੂਲ ਅਤੇ ਸਿਧਾਂਤ ਜਿਹੜੇ ਆ ਸਿੱਕੇ 'ਤੇ ਟੰਗ ਦਿੱਤੇ। ਉਹਨਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਰਵਾਹ ਨਹੀਂ ਕੀਤੀ, ਉਹਨਾਂ ਸਿੱਖ ਕੌਮ ਦੀ ਪਰਵਾਹ ਨਹੀਂ ਕੀਤੀ, ਉਹਨਾਂ ਸਿੱਖ ਧਰਮ ਦੀ ਪਰਵਾਹ ਨਹੀਂ ਕੀਤੀ ਅਤੇ ਸੌਦੇ ਸਾਧ ਨਾਲ ਮੀਟਿੰਗਾਂ ਸ਼ੁਰੂ ਹੋ ਗਈਆਂ ਅਤੇ ਜਿਸ ਢੰਗ ਨਾਲ ਉਹਨੂੰ ਮਾਫ਼ੀ ਦਿਵਾਈ ਗਈ, ਜਦੋਂ ਕਿਸੇ ਨੇ ਮਾਫ਼ੀ ਮੰਗੀ ਨਹੀਂ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਉਹਨੂੰ ਮਾਫ਼ੀ ਦੇ ਦਿੱਤੀ, ਬੜੀ ਘਿਨਾਉਣੀ ਗੱਲ ਹੈ। ਔਰ ਜਿਸ ਢੰਗ ਨਾਲ ਮੈਂ ਸਮਝਦਾ ਕਿ ਤਿੰਨਾਂ ਤਖਤਾਂ ਦੇ ਜਥੇਦਾਰ ਸਾਹਿਬਾਨ ਨੂੰ ਉਹਨਾਂ ਨੇ ਆਪਣੀ ਸਰਕਾਰੀ ਰਿਹਾਇਸ਼ ਚੰਡੀਗੜ੍ਹ ਵਿੱਚ ਆਪਣੇ ਤਲਬ ਕੀਤਾ, ਇਹ ਸ਼ਾਇਦ ਸਿੱਖ ਹਿਸਟਰੀ ਵਿੱਚ ਪਹਿਲੀ ਵਾਰੀ ਹੋਇਆ ਕਿ ਕੋਈ ਵਿਅਕਤੀ ਆਪਣੇ ਤਖਤਾਂ ਦੇ ਜਥੇਦਾਰ ਨੂੰ ਤਲਬ ਕਰੇ, ਜਦੋਂ ਕਿ ਉਹ ਐਸੀਆਂ ਪੋਸਟਾਂ 'ਤੇ ਨੇ ਕਿ ਮਹਾਰਾਜੇ ਰਣਜੀਤ ਸਿੰਘ ਨੂੰ ਵੀ ਅਕਾਲ ਤਖਤ ਨੇ ਇੱਕ ਵਾਰੀ ਆਪਣੇ ਤਲਬ ਕੀਤਾ ਸੀ ਅਤੇ ਉਹਨਾਂ ਨੂੰ ਵੀ ਲਿਆ ਕੇ ਸਾਰੇ ਲੀੜੇ ਲਾ ਕੇ ਕਛਹਿਰਾ ਅਤੇ ਜਿਹੜੀ ਪੱਗ ਸਿਰ 'ਤੇ ਰਹਿ ਗਈ ਸੀ ਬਾਕੀ ਮਹਾਰਾਜੇ ਦਾ ਲਿਬਾਸ ਲਾ ਕੇ ਅਤੇ ਉਹਨੂੰ ਥੰਮੇ ਨਾਲ ਬੰਨ ਕੇ ਅਤੇ ਕੋਰੜੇ ਮਾਰਨ ਲੱਗੇ ਸੀ ਅਤੇ ਸੰਗਤ ਨੇ ਅਪੀਲ ਕਰਕੇ ਉਹਨਾਂ ਨੂੰ ਕੋਰੜੇ ਮਾਰਨ ਤੋਂ ਬਚਾਇਆ ਸੀ। ਇਹ ਉਹ ਤਖਤ ਆ ਜਿਹਦੇ ਜਥੇਦਾਰ ਨੂੰ ਅੱਜ ਸੁਖਬੀਰ ਸਿੰਘ ਬਾਦਲ ਆਪਣੇ ਰਾਜ ਭਾਗ ਦੀ ਧੌਂਸ ਕਰਕੇ ਸਰਕਾਰੀ ਜਿਹੜੀ ਚੰਡੀਗੜ੍ਹ ਡਿਪਟੀ CM ਦੀ ਕੋਠੀ ਆ ਉੱਥੇ ਸਾਦੇ ਰਹੇ। ਉਸ ਤੋਂ ਬਾਅਦ ਜਿਹੜੇ ਸੌਦੇ ਸਾਧ ਵਾਲੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡਾ ਗੁਰੂ ਚੁੱਕ ਕੇ ਲੈ ਚੱਲੇ ਹਾਂ, ਇਸ਼ਤਿਹਾਰ ਲਾਇਆ ਅਕਾਲੀ ਦਲ ਦਾ ਰਾਜ ਹੋਇਆ ਜਿਹੜੀ ਪੰਥਕ ਖਵਾਉਣ ਵਾਲੀ ਪਾਰਟੀ ਆ ਅਤੇ ਉਹ ਇਸ਼ਤਿਹਾਰ ਲਾ ਕੇ ਵੰਗਾਰਨ ਕਿ ਤੁਹਾਡਾ ਗੁਰੂ ਚੁੱਕ ਕੇ ਲੈ ਚੱਲੇ ਹਾਂ, ਜੇ ਤੁਸੀਂ ਬਚਾ ਸਕਦੇ ਹੋ ਤਾਂ ਬਚਾ ਲਓ, ਅਕਾਲੀ ਸਰਕਾਰ ਉਹਨੂੰ ਬਚਾਉਣ ਵਿੱਚ ਨਾਕਾਮ ਰਹੀ, ਕੋਈ ਕੋਸ਼ਿਸ਼ ਨਹੀਂ ਕੀਤੀ। ਅਖੀਰ ਉਹਨਾਂ ਨੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਮਹਾਰਾਜ ਦਾ ਸਰੂਪ ਚੋਰੀ ਕੀਤਾ ਅਤੇ ਨਾਲ ਮੁੜ ਕੇ ਇਸ਼ਤਿਹਾਰ ਲਾਇਆ ਕਿ ਤੁਸੀਂ ਆਉਂਦੇ ਹੋ ਤੁਹਾਡਾ ਗੁਰੂ ਬੜਾ ਸਮਰੱਥ ਆ, ਅਸੀਂ ਚੋਰੀ ਕਰ ਲਿਆ ਅਤੇ ਬਰਗਾੜੀ ਪਿੰਡ ਵਿੱਚ ਰੱਖ ਰਹੇ ਹਾਂ, ਜੇ ਤੁਹਾਡੇ 'ਚ ਜ਼ੁਰਤ ਹੈ ਤਾਂ ਇਹਨੂੰ ਲੱਭ ਕੇ ਵਿਖਾਓ। ਲੇਕਿਨ ਬਾਦਲ ਸਾਹਿਬ ਦੀ ਸਰਕਾਰ ਨੇ ਉਹਨੂੰ ਫਿਰ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਉਹਨੂੰ ਲੱਭ ਲਿਆ ਜਾਵੇ। ਫਿਰ ਤੀਸਰੀ ਵਾਰੀ ਉਹਨਾਂ ਫਿਰ ਇਸ਼ਤਿਹਾਰ ਲਾ ਕੇ ਵੰਗਾਰਿਆ ਕਿ ਤੁਹਾਡੇ ਤੁਸੀਂ ਸਾਡੇ ਬਾਬੇ ਦੀ ਫਿਲਮ ਨਹੀਂ ਚਲਾ ਰਹੇ, ਜੇ ਤੁਸੀਂ ਨਾ ਚਲਾਈ ਤਾਂ ਫਿਰ ਅਸੀਂ ਤੁਹਾਡੇ ਗੁਰੂ ਦੇ ਅੰਗ ਪਾੜ ਕੇ
ते गंदियां थावां ते सुटे ने, फिर कोई ध्यान नहीं दिता ते फिर उन्होंने वो अंग जिहड़े सी गंदियां थावां ते पाड़ के सुटे। बाबे दे जिहड़े चेले ने उन्होंने भी धरने मारे कि बाबे की फिल्म चलाओ। अकाली दल की सरकार ने किसी नूं फिटे मूँह नहीं किया, जिहड़े उन्होंने होर्डिंग लगे सी पोस्टर लगे सी अकाली सरकार ने उन्हां दी राखी कीती कि कोई पाड़ ना दवे, इन्हां उन्हां नूं शैल्टर कीता। लेकिन जदों गुरु महाराज की बेअदबी होई ते संगतां विच रोस जिहड़ा सी ओह जागिया ते कोट कपूरा ते बहबल कलां उन्हां ने धरने मारे। सतनाम वाहिगुरु का जाप करदी संगत इस विरोध विच कि साडे गुरु का जिहड़ा ओह अपमान होया उहदी बेअदबी होई आ, उत्थे धरना मार के बैठी सी। पंथक सरकार खवाउण वाली दी पुलिस ने उन्हां ते डांगा बनाईआं, पाणी दीआं बछाड़ां मारियां, गोली चलाई ते उन्हां विच्चों दो सिंघ जिहड़े ने ओह शहीद कर दित्ते। जे साडे कोल अहुदे आ उहदीआं मीटिंगां हुंदीआं ते सानूं मीटिंगां विच ही नहीं सदणा ते फिर साडे उन्हां अहुदिआं नूं रख के असां की करना। इस रोस विच अज मैं अपने दोवां इन्हां अहुदिआं तों अस्तीफा दे, मैं बेनती करांगा ब्रह्मपुरा साहब नूं। देखो बेनती कहे आ अकाली दल नूं मजबूत करन वास्ते, अकाली दल नूं चढ़दी कलज करन वास्ते इहदी जिहड़ी शर्मनाक हार होई आ ओह ना मुड़ के इस तरह ना होवे। सब तों जरूरी इह आ कि जिहड़े श्रोमणी अकाली दल दे करता धरता खास करके सुखबीर सिंह बादल जाए मजीठा जिन्हां ने अकाली दल जेब च पाया वा तुरे फिरदे ने, और उन्हां नूं पहला लागू किया जाए तो अकाली दल दे विच बकायदा नवें सिरे तों कोई जिम्मेवार बंदा इन्हां पोस्टां ते आवे ताकि अकाली दल जिहड़ा वा ओह तगड़ा हो सके। ये साडी इक जबरदस्त मंग है। उस तों बाद सारा श्रोमणी अकाली दल श्री हरिमंदर साहब जावे ते काल तख्त ते जा के ये कवे कि हे सच्चे पातशाह जे जाने अनजाने कोई गलती हो गई ते माफ कर दिओ ते गांह तो समत बख्शो, शक्ति बख्शो, मेहर करो, कृपा करो, सच्चे ते दया करो ते सानू अकाली दल जिहड़ा वा ओह वध करके लोकां दी सेवा करे। ਸਾਡੀ ਲੜਾਈ ਅਕਾਲੀ ਦਲ ਨੂੰ ਬਚਾਉਣ ਦੀ ਆ, ਕਿਉਂਕਿ ਜਿੰਨਾ ਅਸੀਂ ਸਾਰੀ ਉਮਰਾਂ ਹੀ ਉੱਥੇ ਲੱਗਤੀਆਂ ਨੇ ਅਤੇ ਅਸੀਂ ਉਸ ਪਾਰਟੀ ਨੂੰ ਮਰਦਾ ਵੇਖ ਕੇ ਬਰਦਾਸ਼ਤ ਕਰ ਸਕਦੇ ਹਾਂ। ਸਾਡੀ ਇਹ ਲੜਾਈ ਆ ਵੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਅਕਾਲੀ ਦਲ ਬਣਾਇਆ। ਅਕਾਲੀ ਦਲ ਕੋਈ ਇਹਨਾਂ ਨੇ ਨਹੀਂ ਬਣਾਇਆ, ਅਕਾਲੀ ਦਲ ਸਿੰਘਾਂ ਨੇ ਕੁਰਬਾਨੀਆਂ ਦੇ ਕੇ ਬਣਾਇਆ। ਧੜਾ ਧੜ ਸਿੰਘ ਸ਼ਹੀਦ ਹੋਏ ਸਨ ਤਾਂ ਹੀ ਅਕਾਲੀ ਦਲ ਬਣਿਆ ਅਤੇ ਜਿਹੜਾ ਸ਼ਹੀਦ ਆ ਉਹਨਾਂ ਦਾ ਮੁੱਲ ਅਸੀਂ ਵੱਟਣ ਡਏ ਹਾਂ ਕਿ ਅਕਾਲੀ ਦਲ ਉਹਨਾਂ ਦਾ ਮੁੱਲ ਵੱਟਣ ਨਹੀਂ ਬਣਿਆ। ਅਤੇ ਸਰਾਜ ਜੀ ਅਸੀਂ ਕਿਸੇ ਨੂੰ ਇਹਦਾ ਮੁੱਲ ਨਹੀਂ ਵੱਟਣ ਦੇਣਾ। ਅਕਾਲੀ ਦਲ ਤਗੜੇ ਹੋ ਗਏ ਆਖਰੀ ਦਰ ਤੱਕ ਜਿੰਨਾ ਚਿਰ ਅਸੀਂ ਜਿਉਂਦੇ ਹਾਂ ਅਕਾਲੀ ਦਲ ਲਈ ਕੰਮ ਕਰ। ਕਿਹਦੇ ਕੋਲ ਖਤਰਾ ਅਕਾਲੀ ਦਲ ਨੂੰ, ਕਿਹਦੇ ਕੋਲ ਬਚਾਅ? ਮੈਂ ਮੇਰੀ ਗੱਲ ਸੁਣੋ ਤਾਂ ਸਾਰੇ ਮੇਰੇ ਸਾਥੀਆਂ ਨੇ ਤੁਹਾਨੂੰ ਦੱਸ ਦਿੱਤਾ ਹੈ, ਮੇਰੇ ਕੋਲ ਕਨਫਰਮ ਕਰਾ ਲਾ ਦੋ ਮੁੰਡੇ ਆ ਬਾਦਲ ਪਰਿਵਾਰ ਤੇ ਕੈਪਟਨ ਪਰਿਵਾਰ ਦੀ ਵੀ ਆਪਸ ਵਿੱਚ ਅੰਡ ਗੰਡ ਆ ਰਲੇ ਨੇ, ਇਹਦੇ ਚ ਕੋਈ ਦੋ ਰਾਵਾਂ ਨਹੀਂ, ਇਸ ਕਰਕੇ ਕਿਸੇ ਇਨਸਾਫ ਦੀ ਆਸ ਨਹੀਂ। ਸੇਵਾ ਸਿੰਘ ਸੇਖਵਾਂ ਤੋਂ ਪਹਿਲਾਂ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਦੀਆਂ ਅਹੁਦੇਦਾਰੀਆਂ ਛੱਡ ਚੁੱਕੇ ਨੇ। ਸੇਖਵਾਂ ਦੇ ਅਸਤੀਫੇ ਨਾਲ ਹੁਣ ਅਕਾਲੀ ਦਲ ਵਿੱਚ ਵੱਡਾ ਪਾੜ ਪੈ ਸਕਦਾ ਹੈ। ਗੁਰਦਾਸਪੁਰ ਤੋਂ ਬਿਊਰੋ ਰਿਪੋਰਟ, ਚੈਨਲ ਪੰਜਾਬ।